खालसा जीओ सर्व सुख दाता हर जाके वस है काम तेना। सतयुग दे विच इह कथा आउंदी है खालसा जीओ राजा ते उहदी जिहड़ी दो लड़कियां सन राजे दीआं, एक उसने ऋषि मुनि नाल विआह दित्ती, एक राजभाग करदा सी राजा उहदे नाल विआह दित्ती। ते एक दिन उहदे मन दे विच फुरना होया भी क्यों ना मैं अपनी भैण नूं मिल के आवां जिहड़ी ऋषि दे घरे विआही होई सी। ਉਹ ਭਾਈ ਰਾਜ ਮਹਿਲਾਂ ਦੇ ਵਿੱਚ ਕਿਉਂਕਿ ਉਹ ਦੂਸਰੀ ਲੜਕੀ ਜਿਹੜੀ ਸੀਗੀ ਉਹ ਰਾਜੇ ਨੂੰ ਵਿਆਹੀ ਹੋਈ ਸੀ। ਜਦੋਂ ਆਪਣੀ ਭੈਣ ਨੂੰ ਮਿਲਣ ਗਈ ਤਾਂ ਉੱਥੇ ਰਾਜ ਭੋਗ ਚੱਲ ਰਿਹਾ ਸੀ। ਉਹਨੇ ਬੜਾ ਭੋਜਨ ਤਿਆਰ ਕੀਤੇ ਸਨ, ਬੜੇ ਰਿਸ਼ੀ ਮੁਨੀ ਰਾਜੇ ਅਤੇ ਹੋਰ ਪ੍ਰਜਾ ਛੱਕ ਰਹੀ ਸੀ। ਅਤੇ ਖਾਲਸਾ ਜੀ ਉਹ ਮਾਫ਼ ਕਰਿਓ, ਕਈ ਬੀਬੀਆਂ ਬੜੀਆਂ ਲਾਈ ਲੱਗ ਹੁੰਦੀਆਂ ਨੇ, ਅੱਜ ਵੀ ਦੇਖਣ ਵਿੱਚ ਆਉਂਦਾ ਉਹਨੇ 5,000 ਦਾ ਸੂਟ ਪਾਇਆ ਅਤੇ ਮੈਂ 10,000 ਦਾ ਪਾਉਣਾ। ਇਹ ਬਿਰਤੀ ਕੁਦਰਤੀ ਸੁਭਾਵਕ ਹੀ ਹੈ ਮਾਈਆਂ ਦੀ। ਅਤੇ ਉਹ ਮਾਈ ਨੇ ਆ ਕੇ ਰਿਸ਼ੀ ਨੂੰ ਬੇਨਤੀ ਕੀਤੀ ਵੀ ਪਤੀ ਪਰਮੇਸ਼ਰ ਜੀਓ, ਮੈਂ ਆਪਣੀ ਭੈਣ ਦੇ ਘਰੇ ਗਈ ਸੀ, ਉੱਥੇ ਰਾਜ ਭੋਜ ਚੱਲ ਰਿਹਾ ਸੀ, ਅਤੇ ਆਪਾਂ ਵੀ ਕਿਰਪਾ ਤੁਸੀਂ ਕਰੋ ਜੇ ਤਾਂ ਆਪਾਂ ਵੀ ਇੱਥੇ ਇਸੇ ਤਰ੍ਹਾਂ ਦਾ ਕੋਈ ਪ੍ਰਬੰਧ ਕਰੀਏ, ਆਪਾਂ ਵੀ ਪ੍ਰਸ਼ਾਦਾ ਛਕਾਈਏ, ਮੇਰੀ ਭੈਣ ਨੂੰ ਬੁਲਾਈਏ। ਅਤੇ ਰਿਸ਼ੀ ਮੁਨੀ ਕੋਲ ਜਦੋਂ ਬੇਨਤੀ ਕੀਤੀ, ਰਿਸ਼ੀ ਨੇ ਬੜਾ ਸਮਝਾਇਆ ਵੀ ਭਾਈ ਆਪਾਂ ਨੂੰ ਕੋਈ ਲੋੜ ਨਹੀਂ, ਆਪਾਂ ਪਰਮੇਸ਼ਰ ਦੀ ਬੰਦਗੀ ਕਰੋ, ਨਾਮ ਜਪੋ, ਉਹ ਉਹਨਾਂ ਦਾ ਕਾਰਜ ਹੈ ਆਪਣਾ ਨਹੀਂ। ਪਰੰਤੂ ਖਾਲਸਾ ਜੀ 38 ਬਾਰੇ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ ਮਹਾਰਾਜ ਨੇ ਦੱਸਿਆ ਉਹ 38 ਬੜਾ ਭੈੜਾ ਹੋਇਆ ਕਰਦਾ ਖਾਲਸਾ ਜੀ। ਉਸਨੇ ਹੱਠ ਕਰ ਲਿਆ, ਹੱਠ ਕਰਨ ਦੇ ਉੱਤੋਂ ਰਿਸ਼ੀ ਨੂੰ ਮੰਨਣਾ ਪਿਆ ਖਾਲਸਾ ਜੀਓ। ਅਤੇ ਪਰ ਹੁਣ ਰਿਸ਼ੀ ਨੇ, ਕਿਉਂਕਿ ਰਿਸ਼ੀ ਮੁਨੀਆਂ ਦਾ, ਦੇਵਤਿਆਂ ਦਾ, ਗੁਰੂ ਕੇ ਸਿੱਖਾਂ ਦਾ ਖਾਲਸਾ ਜੀ ਜੋ ਆਸਰਾ ਹੈ ਭਗਤਾਂ ਦਾ, ਉਹ ਪਰਮੇਸ਼ਰ ਹੀ ਹੈ। ਉਹ ਆਧਾਰ ਜੋ ਕਰਦੇ ਹਨ ਪਰਮੇਸ਼ਰ ਦਾ ਹੀ ਆਧਾਰ ਕਰਦੇ ਹਨ। ਇਸ ਕਰਕੇ ਮੈਂ ਕਿਹਾ ਨਿਥਾਵਿਆਂ ਦੇ ਥਾਮ, ਨਿਓਟਿਆਂ ਦੇ ਓਟ, ਨਿਮਾਣਿਆਂ ਦੇ ਵਾਣ, ਨਿਤਾਣਿਆਂ ਦੇ ਤਾਣ, ਇਹ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਖਾਲਸਾ ਜੀ ਉਹ ਜੁਗਾ ਜੁਗਾਂ ਤੋਂ ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਭਗਤਾਂ ਦੀ ਪੈਜ ਸਤਯੁਗ ਤੋਂ ਕੀ ਜਦੋਂ ਤੱਕ ਜਦੋਂ ਕੋਈ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂਕਾਰਾ ਜਦੋਂ ਉਹ ਸਮਾਂ ਸੀ, ਉਦੋਂ ਵੀ ਉਸ ਬਾਅਦ ਪਰਮੇਸ਼ਰ ਨੇ ਆਪਣੇ ਭਗਤਾਂ ਦੀ ਲਾਜ ਰੱਖੀ ਹੈ। ਕਲਪ ਕਲਪ ਪ੍ਰਚਰ ਕਹੀ, ਗੁਰੂ ਨਾਨਕ ਜਪਿਓ ਸਹੀ, ਸਾਹ ਮੰਤਰ ਪ੍ਰਭ ਖਾਲਸਾ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਉਹ ਜੋ ਪਰਮੇਸ਼ਰ ਹੈ ਸਰਵ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ, ਅਤੇ ਸਰਵ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਉਹ ਰਿਸ਼ੀ ਮੁਨੀ ਨੇ ਬੇਨਤੀ ਕੀਤੀ, ਹੇ ਮਹਾਰਾਜ ਜੀ ਉਹ ਮੇਰੀ ਲੱਜਿਆ ਰੱਖੋ। ਤਾਂ ਉਸ ਨੇ ਉਹ ਸਵਰਗ ਦੇ ਵਿੱਚੋਂ ਕਾਮ ਧੇਨ ਗਊ ਹੈ, ਇਹ ਮੰਨੀ ਜਾਂਦੀ ਹੈ ਖਾਲਸਾ ਜੀ, ਉਹ ਇੱਕ ਪਾਰਜਾਤ ਰੁੱਖ ਹੈ, ਇੱਕ ਕਾਮ ਧੇਨ ਗਊ ਹੈ, ਜਾ ਕੇ ਵਸ ਹੈ ਕਾਮ ਧੇਨਾ। ਉਹ ਰਿਸ਼ੀ ਮੁਨੀ ਨੇ ਜਦੋਂ ਬੇਨਤੀ ਕੀਤੀ ਤਾਂ ਸਵਰਗ ਦੇ ਵਿੱਚੋਂ ਕਾਮ ਧੇਨੂ ਗਊ ਜਿਹੜੀ ਹੈ ਉਹਦੇ ਤੰਬੂ ਦੇ ਵਿੱਚ, ਉਹਦੀ ਕੁਟੀਆ ਦੇ ਵਿੱਚ ਆ ਗਈ। ਅਤੇ ਖਾਲਸਾ ਜੀ ਉਹ ਨਿਮੰਤਰਣ ਭੇਜੇ ਗਏ, ਬੜਾ ਰਾਜ ਭੋਜ ਚਲਾਇਆ ਗਿਆ, ਅਨੇਕਾਂ ਪ੍ਰਕਾਰ ਦੇ ਉੱਥੇ ਭੋਜਨ ਬਣੇ, 36 ਪ੍ਰਕਾਰ ਦੇ ਭੋਜਨ ਬਣੇ ਹਨ। ਅਤੇ ਖਾਲਸਾ ਜੀ ਉਹ ਜਿੱਥੇ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ ਉੱਥੇ ਕੋਈ ਘਾਟ ਕਿਸੇ ਪਦਾਰਥ ਦੀ, ਅਧਿਆਤਮਿਕਤਾ ਦੀ, ਅੰਤਰਿਸ਼ ਕਰਨ ਦੇ ਸਾਫ਼ ਹੋਣ ਦੀ, ਜਾਂ ਕਹਿ ਲਵੋ ਵਿਸ਼ੇ ਵਿਕਾਰਾਂ ਦੀ ਜਿਹੜੀ ਅੱਗ ਹੈ ਉਹ ਬੁਝਾ ਦਿੰਦਾ ਪਰਮੇਸ਼ੁਰ, ਉੱਥੇ ਕਿਸੇ ਪ੍ਰਕਾਰ ਦੀ ਕੋਈ ਘਾਟ ਕਮੀ ਨਹੀਂ ਰਹਿੰਦੀ। ਅਤੇ ਖਾਲਸਾ ਜੀ ਉਹ ਜਦੋਂ ਭੋਜ ਚੱਲਿਆ ਫਿਰ ਰਾਜਿਆਂ ਦੀ ਬਿਰਤੀ, ਤਾਂ ਖਾਲਸਾ ਜੀ ਉਹ ਰਾਜਿਆਂ ਦੀ ਬਿਰਤੀ ਹੋਇਆ ਕਰਦੀ ਹੈ। ਜਦੋਂ ਉਸਨੇ ਦੇਖਿਆ ਵੀ ਇਹ ਤਾਂ ਕੁਟੀਆ ਦੇ ਵਿੱਚ ਰਹਿੰਦੇ ਹੈ, ਇਹ ਜਿਹੜਾ ਰਿਸ਼ੀ ਮੁਨੀ ਹੈ ਇਹ ਇਤਨਾ ਜਿਹੜਾ ਪ੍ਰਬੰਧ ਹੈ ਕਿਵੇਂ ਕਰ ਲੈਂਦਾ ਹੈ। ਖਾਲਸਾ ਜੀ ਉਹ ਮਾਫ਼ ਕਰਿਓ, ਅੱਜ ਵੀ ਕਈ ਆਉਂਦੇ ਨੇ ਦਲ ਪੰਥ ਦੇ ਵਿੱਚ ਜਿਨ੍ਹਾਂ ਨੂੰ CID ਕਰਨ ਦੀ ਆਦਤ ਹੈ, ਉਹ ਆ ਕੇ ਇਕੱਲੇ ਇਕੱਲੇ ਤੰਬੂ ਦੇ ਵਿੱਚ ਜਾਂਦੇ ਹੈ,
ਬਹਾਨੇ ਬਣਾਉਂਦੇ ਹੈ, ਮੱਥੇ ਟੇਕਦੇ ਹੈ। ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਕਈ ਸ਼ਰਧਾਵਾਨ ਵੀ ਹੁੰਦੇ ਹੈ, ਪਰ ਖਾਲਸਾ ਜੀ ਉਹ ਜਿਨ੍ਹਾਂ ਨੇ CID ਕਰਨੀ ਹੈ ਉਹ ਦੇਖਦੇ ਆ ਵੀ ਇਹਨਾਂ ਦਾ ਪ੍ਰਬੰਧ ਕਿਵੇਂ ਚੱਲ ਰਿਹਾ, ਅਤੇ ਆਪਣਾ ਹੰਕਾਰ ਨਹੀਂ ਮਾਰ ਸਕਦੇ। ਉਸੇ ਤਰ੍ਹਾਂ ਖਾਲਸਾ ਜੀ ਉਹ ਰਾਜਿਆਂ ਦੀ ਜਿਹੜੀ, ਕਿਉਂਕਿ ਮਾਇਆ ਜਿਹੜਾ ਮਹਾਰਾਜ ਨੇ ਲਿਖਿਆ, ਮਾਇਆ ਧਾਰੀ ਹੈ ਤਿੰਨਾ ਬੋਲਾ, ਸ਼ਬਦ ਨੇ ਸੁਣੀ ਰੋਲ ਕਚੋਲਾ। ਉਹਨਾਂ ਮਾਇਆ ਧਾਰੀਆਂ ਨੂੰ ਖਾਲਸਾ ਜੀ ਉਹ ਪੰਥ ਦੀ ਸਮਝ ਨਹੀਂ ਲੱਗਦੀ, ਉਹਨਾਂ ਨੂੰ ਗੁਰੂ ਘਰ ਦੀ ਵੀ ਸਮਝ ਨਹੀਂ ਲੱਗਦੀ, ਕਿਉਂਕਿ ਉਹ ਸ਼ਬਦ ਨੂੰ ਸੁਣਦੇ ਨਹੀਂ। ਅਤੇ ਮਹਾਰਾਜ ਦਾ ਹੁਕਮ ਹੈ, ਜੋ ਹਮਕੋ ਮਿਲਵੋ ਚਵੈ ਹੋ ਸ਼ਬਦ ਮੈਂ ਲੇ। ਇਸ ਕਰਕੇ ਖਾਲਸਾ ਜੀ ਉਹ ਰਾਜੇ ਨੇ ਸੁਭਾਵਕ ਹੀ ਜਾਣਨਾ ਕਰਿਆ ਵੀ ਇਹ ਜਿਤਨਾ ਪਦਾਰਥ ਹੈ ਮੁੱਕਦਾ ਹੀ ਨਹੀਂ ਪਿਆ, ਮੇਰੇ ਨਾਲੋਂ ਵੀ ਜ਼ਿਆਦਾ ਕਿਤੇ ਇਸ ਨੇ ਪ੍ਰਬੰਧ ਕਰ ਦਿੱਤਾ ਹੈ। ਅਨੇਕਾਂ ਪ੍ਰਕਾਰ ਦੇ ਪਦਾਰਥ ਜਿਹੜੇ ਸਾਨੇ ਦੇਖੇ ਵੀ ਨਹੀਂ, ਜਿਨ੍ਹਾਂ ਬਾਬਤ ਅਸੀਂ ਸੁਣਿਆ ਹੀ ਹੈ, ਉਹ ਵੀ ਇੱਥੇ ਵਰਤ ਰਹੇ ਹਨ। ਸੋ ਖਾਲਸਾ ਜੀ ਉਹ ਇਹ ਸਵਰਗ ਦਾ ਹੀ ਪਦਾਰਥ ਹੈ, ਜਿਹੜੀਆਂ ਇਹ ਸ਼ਰਬੱਤੀਆਂ ਲੱਗਦੀਆਂ ਹਨ, ਰਗੜੇ ਲੱਗਦੇ ਹੈ। ਖਾਲਸਾ ਜੀ ਦਾਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਦਾ ਬਹੁਤ ਸਮਾਂ ਮਿਲਿਆ ਹੈ। ਖਾਲਸਾ ਜੀ ਬਦਾਮ ਤਾਂ ਕਿਸੇ ਨੂੰ ਨਸੀਬ ਹੀ ਨਹੀਂ ਹੁੰਦੇ, ਕਿਸੇ ਨੂੰ ਆ ਬਰਗਰ ਪੀਜੇ ਹੋਰ ਇਤਿਆਦਿ ਖਾਈ ਜਾਂਦੇ ਆ ਝੂਠੇ ਖਾਣੇ, ਪਰ ਕਿਸੇ ਨੂੰ ਐਸਾ ਅੰਮ੍ਰਿਤ ਰੂਪ ਜਿਹੜਾ ਪਦਾਰਥ ਉਹ ਨਹੀਂ ਮਿਲਦਾ। ਇਹ ਗੁਰੂ ਕੇ ਖਾਲਸੇ ਦੀਆਂ ਵਡਿਆਈਆਂ ਹਨ, ਗੁਰੂ ਘਰ ਦੀਆਂ ਵਡਿਆਈਆਂ ਹਨ। ਜਦੋਂ ਕਿਤੇ ਕਾਲ ਵੀ ਪਿਆ ਹੋਵੇ ਤਾਂ ਵੀ ਗੁਰੂ ਕੇ ਰੱਜ ਕੇ ਪੈਂਦੇ ਹਨ, ਕਿਉਂਕਿ ਸੰਤੋਖੀ ਹਨ ਖਾਲਸਾ ਜੀ ਉਹ। ਤਾਂ ਮਲਿਆਗਰ ਸਿੰਘ ਜੀ ਦੀ ਕਥਾ ਆਪਾਂ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤੀ ਹੈ, ਕਿਸ ਤਰ੍ਹਾਂ ਪਹਿਲੂ ਖਾ ਕੇ ਅਤੇ 36 ਪ੍ਰਕਾਰ ਦੇ ਭੋਜਨਾਂ ਦਾ ਆਨੰਦ ਉਹਨਾਂ ਨੇ ਵਰਤਾਇਆ ਹੈ, ਦੱਸਿਆ ਹੈ। ਸੋ ਖਾਲਸਾ ਜੀ ਰਾਜੇ ਨੇ ਜਾ ਕੇ ਵੇਖਿਆ ਵੀ ਤੰਬੂ ਦੇ ਵਿੱਚ ਤਾਂ ਕਾਮ ਧੇਨੂ ਗਊ ਹੈ, ਤਾਂ ਹੱਠ ਕੀਤਾ, ਕਿਉਂਕਿ ਰਾਜਿਆਂ ਨੂੰ ਖਾਲਸਾ ਜੀ ਇਹ ਸੁਭਾਵਿਕ ਬੇਨਤੀ ਹੋਇਆ ਕਰਦੀ ਹੈ ਰਾਜੇ ਦੀ ਵੀ ਜਿਤਨਾ ਵੀ ਪਦਾਰਥ ਸੰਸਾਰ ਦੇ ਵਿੱਚ ਹੈ ਉਹ ਸਾਰਾ ਮੇਰੇ ਅਧੀਨ ਹੋ ਜਾਵੇ, ਮੇਰੇ ਕਹਿਣੇ ਵਿੱਚ ਹੋ ਜਾਵੇ। ਅਤੇ ਉਸਨੇ ਰਿਸ਼ੀ ਨੂੰ ਕਿਹਾ ਵੀ ਭਾਈ ਤੂੰ ਇਹ ਜਿਹੜੀ ਗਾਂ ਹੈ ਕੰਮ ਤੈਨੂੰ ਇਹ ਮੈਨੂੰ ਦੇ ਦੇ, ਇਹ ਰਾਜਿਆਂ ਦਾ ਕਾਰਜ ਹੈ, ਸਾਨੂੰ ਲੋੜ ਪੈਂਦੀ ਹੈ, ਤੂੰ ਸਾਨੂੰ ਦੇ ਦੇ। ਪਰੰਤੂ ਖਾਲਸਾ ਜੀ ਉਹ ਜਿਹੜੇ ਭਗਤ ਹੋਇਆ ਕਰਦੇ ਆ ਨਾ, ਇਹ ਕਦੇ ਕਿਸੇ ਦੇ ਮਲ ਨਹੀਂ ਮਾਰਿਆ ਕਰਦੇ। ਉਸਨੇ ਬੜਾ ਸਮਝਾਇਆ ਵੀ ਰਾਜਾ ਇਹ ਤਾਂ ਮੈਂ ਕੇਵਲ ਅਤੇ ਕੇਵਲ ਬੇਨਤੀ ਕਰਕੇ ਮੰਗਾਈ ਹੈ ਅਤੇ ਮੈਂ ਇਹਦਾ ਦੇਣਦਾਰ ਹਾਂ, ਕੁਛ ਸਮੇਂ ਬਾਅਦ ਮੈਂ ਇਸਨੂੰ ਇਹ ਜਿੱਥੋਂ ਆਈ ਆ ਉੱਥੇ ਹੀ ਭੇਜ ਦੇਣਾ ਹੈ। ਰਾਜੇ ਨੇ ਹੱਠ ਕੀਤਾ, ਉਹੀ ਬੈਲ ਬੁੱਧੀ ਆਪਣਾ ਤੀਰ ਕਮਾਨ ਕੱਢ ਲਿਆ, ਤੀਰ ਕਮਾਨ ਕੱਢ ਕੇ ਕਹਿੰਦਾ ਵੀ ਇਹ ਗਊ ਮੇਰੀ ਹੋ ਗਈ। ਜਦੋਂ ਰਿਸ਼ੀ ਨੇ ਵੇਖਿਆ ਵੀ ਇਹ ਤਾਂ ਜੰਗ 'ਤੇ ਉੱਤਰ ਗਿਆ, ਪਰ ਸਾਧੂਆਂ ਦਾ ਸੁਭਾਅ ਐਸਾ ਨਹੀਂ ਹੋਇਆ ਕਰਦਾ, ਉਸਨੇ ਕਾਮ ਧੇਨੂ ਗਊ ਨੂੰ ਆਓ ਆਗਿਆ ਕੀਤੀ ਵੀ ਤੁਸੀਂ ਜਿੱਥੋਂ ਆਏ ਹੋ ਉੱਥੇ ਚਲੇ ਜਾਓ। ਜਦੋਂ ਕਾਮ ਧੇਨੂ ਗਊ ਆਕਾਸ਼ ਵੱਲ ਨੂੰ ਚੜ੍ਹੀ ਹੈ ਤਾਂ ਇਸ ਰਾਜੇ ਨੇ ਖਾਲਸਾ ਜੀ ਉਹ ਤੀਰ ਮਾਰਿਆ। ਜਦੋਂ ਤੀਰ ਮਾਰਿਆ ਖਾਲਸਾ ਜੀ ਉਹਦੇ ਪੌੜ ਦੇ ਵਿੱਚ ਲੱਗਿਆ, ਜਦੋਂ ਇਸ ਕਾਮ ਧੇਨੂ ਦੇ ਪੌੜ ਦੇ ਵਿੱਚ ਤੀਰ ਲੱਗਿਆ ਖਾਲਸਾ ਜੀ ਉਹ ਰੱਤ ਵੱਗਿਆ, ਅਤੇ ਰੱਤ ਵੱਗ ਕੇ ਜਦੋਂ ਧਰਤੀ 'ਤੇ ਗਿਰਿਆ ਖਾਲਸਾ ਜੀ ਉਹ ਵੇਦਾਂ ਸ਼ਾਸਤਰਾਂ ਦੇ ਨਾ ਹਿਸਾਬ ਦੇ ਨਾਲ ਇਹ ਮੰਨਿਆ ਜਾਂਦਾ ਵੀ ਜਿਹੜੀ ਤੰਬਾਕੂ ਦੀ ਬੂਟੀ ਹੈ ਨਾ ਇਹ ਗਊ ਦੇ ਰੱਤ ਤੋਂ ਪੈਦਾ ਹੋਈ ਹੈ। ਖਾਲਸਾ ਜੀ ਉਹ ਜਦੋਂ ਗਊ ਦੇ ਰੱਤ ਦੇ ਤੋਂ ਇਹ ਬੂਟੀ ਪੈਦਾ ਹੋਈ ਹੈ ਤਾਂ ਮੇਰੀ ਬੇਨਤੀ ਹੈ ਖਾਲਸਾ ਜੀ ਉਹ ਜਿਹੜੇ ਸਾਡੇ ਸਨਾਤਨ ਮਤ ਦੇ ਸਾਡੇ ਵੀਰ ਹਨ ਉਹ ਖਾਲਸਾ ਜੀ ਗਊ ਨੂੰ ਮਾਤਾ ਮੰਨਦੇ ਹੈ, ਅਤੇ ਮੰਨਣ ਵੀ ਕਿਉਂ ਨਾ, ਇਹਦੇ 'ਚ ਕੋਈ ਘਾਟ ਨਹੀਂ, ਇਹ ਅੰਮ੍ਰਿਤ ਹੀ ਦਿੰਦੀ ਹੈ, ਅੰਮ੍ਰਿਤ ਦੁੱਧ ਦਿੰਦੀ ਹੈ, ਇਹਦਾ ਗੋਹਾ ਵੀ ਕੰਮ ਆ ਜਾਂਦਾ ਹੈ, ਗਊ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਰਦਾ। ਅਤੇ ਖਾਲਸਾ ਜੀ ਉਹ ਮਾਤਾ ਮੰਨਦੇ ਹੈ, ਅਤੇ ਮੈਂ ਹਰ ਸਟੇਜ ਤੋਂ ਇਹ ਬੇਨਤੀ ਕਰਿਆ ਕਰਦਾ ਸਾਡੇ ਸਨਾਤਨ ਮਤ ਦੇ ਵੀਰਾਂ ਨੂੰ ਵੀ ਭਾਈ ਜੇ ਤੁਹਾਨੂੰ ਕੋਈ ਸ਼ੱਕ ਹੋਵੇ ਇਸ ਗੱਲ ਦੇ ਵਿੱਚ ਤਾਂ ਤੁਸੀਂ ਆਪਣੇ ਗ੍ਰੰਥ ਪੜ੍ਹ ਲਓ। ਜੇਕਰ ਜਿਹੜੇ ਕਹਿੰਦੇ ਅਸੀਂ ਸ਼ਿਵਾ ਨੂੰ ਮੰਨਦੇ ਹਾਂ ਉਹ ਸ਼ਿਵ ਪੁਰਾਣ ਪੜ੍ਹ ਲਓ, ਭਾਈ ਸ਼ਿਵ ਪੁਰਾਣ ਦੇ 52ਵੇਂ ਸਲੋਕ ਦੇ ਵਿੱਚ ਕੀ ਲਿਖਿਆ ਵੀ ਜਿਹੜਾ ਇਸ ਬੂਟੀ ਨੂੰ ਤੰਬਾਕੂ ਦੀ ਬੂਟੀ ਨੂੰ ਛਕੇਗਾ ਉਸ ਦਾ ਕੋਈ ਮੰਤਰ ਨਹੀਂ ਫੁਰੇਗਾ। ਸੋ ਖਾਲਸਾ ਜੀ ਉਹ ਮੇਰੀ ਬੇਨਤੀ ਆ, ਆਪਾਂ ਨੂੰ ਇਸ ਤੰਬਾਕੂ ਵੱਲੋਂ ਗੁਰੇਜ਼ ਕਰਨਾ ਚਾਹੀਦਾ। ਜਦੋਂ ਉਸਨੇ ਤੀਰ ਮਾਰਿਆ ਰੱਤ ਵੱਗਿਆ ਹੈ ਤਾਂ ਇਹ ਬੂਟੀ ਪੈਦਾ ਹੋਈ ਹੈ, ਅਤੇ ਖਾਲਸਾ ਜੀ ਇਹਨੂੰ ਛਕਣ ਦੇ ਨਾਲ ਮੱਤ ਮਾਰੀ ਜਾਂਦੀ ਹੈ।
इस करके कलगी तरपातशाह साहिब कमाल जी ने तो इनू जगत झूठ दसिया है।